ਬਿਆਨ ਸਿੰਘ ਹਤਿਆ ਕੇਸ ਦੇ ਵਿੱਚ ਦਿੱਲੀ ਦੀ ਤਿਹਾਰ ਜੇਲ੍ਹ ਚ ਬੰਦ ਪਾਈ ਜਗਤਾਰ ਸਿੰਘ ਹਵਾਰਾ ਦੇ ਸੱਦੇ ਦੇ ਉੱਤੇ ਇੱਕ ਸੰਘਰਸ਼ ਕਮੇਟੀ ਬਣਾਈ ਗਈ ਹੈ ਜੋ ਬੰਦੀ ਸਿੰਘਾਂ ਦੀ ਰਿਹਾਈ ਬਰਗਾੜੀ ਤੇ ਵਹਿਬਲ ਕਲਾਂ ਦੇ ਜੋ ਬੇਅਦਬੀ ਤੇ ਗੋਲੀ ਕਾਂਡ ਦੇ ਮਸਲੇ ਨੇ ਉਹਨਾਂ ਦੇ ਇਨਸਾਫ ਤੇ ਹੋਰ ਸਿੱਖ ਤੇ ਪੰਥਕ ਮੁੱਦਿਆਂ ਦੇ ਉੱਤੇ ਜੋ ਇਸ਼ੂ ਚੱਲ ਰਹੇ ਨੇ ਉਹਨਾਂ ਦੇ ਹੱਲ ਲਈ ਜੋ ਉਹ ਧਰਨੇ ਦੇ ਰਹੀ ਹੈ ਕੁਝ ਦਿਨ ਪਹਿਲਾਂ ਹੀ ਬੁੜੈਲ ਜੇਲ੍ਹ ਚੰਡੀਗੜ੍ਹ ਦੇ ਬਾਹਰ ਉਸ ਕਮੇਟੀ ਨੇ ਧਰਨਾ ਦਿੱਤਾ ਤੇ ਹੁਣ 17 ਤਰੀਕ ਨੂੰ ਉਹ ਮੈਕਸਿਮਮ ਸਕਿਉਰਿਟੀ ਜੇਲ ਨਾਬਾ ਦੇ ਬਾਹਰ ਧਰਨਾ ਦੇਣ ਜਾ ਰਹੇ ਨੇ ਪਰ ਇਸ ਮੁੱਦੇ ਦੇ ਉੱਤੇ ਇੱਕ ਨਵੀਂ ਡਿਵੈਲਪਮੈਂਟ ਇਹ ਹੋਈ ਹੈ ਕਿ ਇਸ ਵਕਤ ਵੀ ਅਸੀਂ ਬੜੈਲ ਜੇਲ ਚੰਡੀਗੜ੍ਹ ਦੇ ਬਾਹਰ ਖੜੇ ਆ ਬਿਆਨ ਸਿੰਘ ਹਤਿਆ ਕੇਸ ਦੇ ਵਿੱਚ ਹੀ ਬੜੈਲ ਜੇਲ ਚ ਬੰਦ ਭਾਈ ਲਖਵਿੰਦਰ ਸਿੰਘ ਤੇ ਭਾਈ ਪਰਮਜੀਤ ਸਿੰਘ ਭਿਉਰਾ ਦੇ ਰਿਸ਼ਤੇਦਾਰ ਉਹਨਾਂ ਨੂੰ ਅੰਦਰ ਮਿਲ ਕੇ ਆਏ ਨੇ ਹੁਣੇ ਚੰਦ ਮਿੰਟ ਪਹਿਲਾਂ ਉਹਨਾਂ ਦਾ ਸਨੇਹਾ ਲੈ ਕੇ ਆਏ ਨੇ ਜਿਸ ਤੋਂ ਸਾਨੂੰ ਪਤਾ ਲੱਗ ਰਿਹਾ ਹੈ ਕਿ ਉਹਨਾਂ ਨੇ ਹਵਾਰਾ ਵੱਲੋਂ ਦਿੱਤੇ ਗਏ ਸੱਦੇ ਦਾ ਵਿਰੋਧ ਕੀਤਾ ਹੈ ਜਾਂ ਉਹਨਾਂ ਨੇ ਆਪਣਾ ਕੋਈ ਪੱਖ ਰੱਖਿਆ ਹੈ ਆਪਾਂ ਜਾਣਦੇ ਹਾਂ ਕਿ ਉਹਨਾਂ ਨੇ ਕੀ ਕਿਹਾ ਹੈ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਭਾਈ ਲਖਵਿੰਦਰ ਸਿੰਘ ਜੋ ਕਿ ਬਿਆਨ ਸਿੰਘ ਹਤਿਆ ਕੇਸ ਦੇ ਵਿੱਚ ਹੀ ਆ ਸਾਹਮਣੇ ਬਰਾਇ ਜੇਲ੍ਹ ਚ ਬੰਦ ਨੇ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਸਰਦ ਜਨ ਸਿੰਘ ਉਹਨਾਂ ਨਾਲ ਜੀ ਕੀ ਤੁਸੀਂ ਹੁਣੇ ਕੁਝ ਮਿੰਟ ਪਹਿਲਾਂ ਕਿਸ ਕਿਸ ਨੂੰ ਮਿਲੇ ਹੋ ਅੰਦਰ ਉੱਥੇ ਭਾਈ ਲਖਵਿੰਦਰ ਸਿੰਘ ਤਾਂ ਤੇ ਪਰਮਜੀਤ ਸਿੰਘ ਪਿਹੋਰਾ ਵੀ ਸੀ ਅਸੀਂ ਦੋਨੇ ਉਹਨਾਂ ਨਾਲ ਮੁਲਾਕਾਤ ਕੀਤੀ ਆ ਇਹ ਉਹਨਾਂ ਦੇ ਵੀ ਜੀਜਾ ਹੀ ਰਿਸ਼ਤੇਦਾਰ ਨੇ ਜਗਪਾਈ ਜਗਦੀਸ਼ ਸਿੰਘ ਜੀ ਤੁਹਾਡਾ ਰਿਸ਼ਤਾ ਕੀ ਹੈ ਭਾਈ ਲਖਿੰਦਰ ਮੈਂ ਉਹਨਾਂ ਦੇ ਜੀਜਾ ਆ ਮੇਰਾ ਸਾਲਾ ਸਾਹਬ ਆ ਹਾਂਜੀ ਤੇ ਮੁਲਾਕਾਤ ਇਹ ਵੀ ਪਿਛਲੇ ਦਿਨੀ ਉਹ ਪਹਿਲਾਂ ਵੀ ਇੱਕ ਦਿਨ ਪਹਿਲਾਂ ਇਹ ਪਹਿਲਾਂ ਗੱਲਾਂ ਚੱਲਦੀਆਂ ਜਦੋਂ ਇਹ ਕਮੇਟੀ ਐਲਾਨ ਕੀਤੀ ਗਈ ਅਖਬਾਰਾਂ ਚ ਆਇਆ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਕਮੇਟੀ ਐਲਾਨੀ ਗਈ ਹੈ ਪੰਜ ਮੈਂਬਰੀ ਉਸ ਤੋਂ ਬਾਅਦ ਇਹ ਸਿੰਘਾਂ ਨੇ ਆਪਣਾ ਪੱਖ ਰੱਖਤਾ ਸੀ ਤੇ ਉਦੋਂ ਰੱਖਿਆ ਸੀ ਵੀ ਜਦੋਂ ਇਹਨਾਂ ਨੇ ਐਲਾਨ ਕੀਤਾ ਵੀ ਅਸੀਂ ਬੜੈਲ ਜੇਲ੍ਹ ਦੇ ਬਾਰ ਇਹਨਾਂ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਧਰਨਾ ਲਾਉਣਾ ਤੇ ਇਹਨਾਂ ਨੇ ਕੋਈ ਗੱਲ ਕਹੇ ਤੁਸੀਂ ਵੀ ਸਾਡੇ ਲਈ ਰਹਿਾਈ ਲਈ ਕੋਈ ਜਿਹੜੀ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਕਮੇਟੀ ਆ ਜਾਂ ਉਹ ਕੋਈ ਤਰਦਦ ਨਾ ਕਰੇ ਕੋਈ ਧਰਨੇ ਨਾ ਲਾਵੇ ਚਲੋ ਖੈਰ ਲਾ ਦਿੱਤਾ ਉਹਨਾਂ ਨੇ ਉਹਦਾ ਸਨੇਹਾ ਪਛਾਇਆ ਸੀ ਅਖਬਾਰਾਂ ਰਾਹੀਂ ਵੀ ਭਾਈ ਭਵਨਦੀਪ ਸਿੰਘ ਉਦੋਂ ਮੈਂ ਥੋੜਾ ਬਿਮਾਰ ਸੀ ਕਰਕੇ ਮੈਂ ਹੀ ਆਇਆ ਸੀ ਮੁਲਾਕਾਤ ਤੇ ਭਾਈ ਭਵਨਦੀਪ ਸਿੰਘ ਜਿਹੜੀ ਸੰਘਰਸ਼ ਕਮੇਟੀ ਮੈਂਬਰ ਹੈ ਇਹਨੇ ਇਹਨਾਂ ਰਾਹੀਂ ਉਹ ਸਨੇਹਾ ਦਿੱਤਾ ਗਿਆ ਸੀ ਤੇ ਹੁਣ ਵੀ ਉਹਨਾਂ ਨੇ ਇਹੀ ਕਿਹਾ ਵੀ ਅਸੀਂ ਕਿਸੇ ਦਿੱਲੀ ਦੇ ਜਥੇਦਾਰ ਨੂੰ ਨਹੀਂ ਮੰਨਦੇ ਨਾ ਉਹਨਾਂ ਦੀ ਬਣਾਈ ਕਮੇਟੀ ਨੂੰ ਮੰਨਦੇ ਆ ਅਸੀਂ ਮੰਨਦੇ ਆ ਅਕਾਲ ਤਖਤ ਸਾਹਿਬ ਨੂੰ ਤੇ ਉਹਦੇ ਜਥੇਦਾਰ ਨੂੰ ਦੂਜੀ ਗੱਲ ਨਿੱਜੀ ਕੋਈ ਉਹਨਾਂ ਦਾ ਵਿਰੋਧ ਨਹੀਂ ਤੇ ਸਿਰਫ ਵਿਰੋਧ ਆ ਇਸ ਕਰਕੇ ਕਿ ਇਹਨਾਂ ਧਰਨਿਆਂ ਦੇ ਉੱਤੇ ਸਿਰਫ ਅਦਾਲਤਾਂ ਦੇ ਵਿੱਚ ਲੜਾਈ ਨਾ ਲੜ ਕੇ ਸਿਰਫ ਉਹਨੂੰ ਧਰਨੇ ਤੱਕ ਸੀਮਿਤ ਕਰਨਾ ਇਹ ਕਿ ਗੋਗੂੜੀਆਂ ਤੋਂ ਮਿੱਟੀ ਝਾੜਨ ਦੇ ਬਰਾਬਰ ਹੈ ਇਹ ਕਿਉਂਕਿ ਜੇ ਕਹੀਏ ਕੀ ਜੀ ਲੋਕਾਂ ਨੂੰ ਜਾਗਰੂਕ ਅਵੇਅਰ ਕਰਨਾ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣੀ ਹੈ 4 ਸਾਲ ਤੋਂ ਮੁੰਡਾ ਮੁੱਦਾ ਜਿਹੜਾ ਇਹ ਵਰਲਡ ਲੈਵਲ ਤੇ ਛਾਇਆ ਹੋਇਆ ਤੇ ਇਹਦੇ ਬੱਚਾ-ਬੱਚਾ ਜਾਣਦਾ ਜਿਹੜਾ ਪੜਿਆ ਲਿਖਿਆ ਹੈ ਤੇ ਟੈਲੀਵਿਜ਼ਨ ਤੇ ਸੋਸ਼ਲ ਮੀਡੀਆ 'ਚ ਹੈ ਬੰਦੀ ਸਿੰਘ ਕੌਣ ਨੇ ਤੇ ਇਹ ਕਾਦ ਲਈ ਅੰਦਰ ਵੰਦ ਨੇ ਤੇ ਉਹਨਾਂ ਦੀ ਰਿਹਾਈ ਲਈ ਕੀ ਕੁਝ ਹੋ ਰਿਹਾ ਜਿਹੜੀਆਂ ਇਹ ਚੀਜ਼ਾਂ ਨੇ ਮੈਂ ਪੁੱਛਣਾ ਚਾਹੁੰਦਾ ਵੀ ਧਰਨੇ ਲਾ ਕੇ ਜੇ ਭਾਈ ਪਰਮਜੀਤ ਸਿੰਘ ਪੁਰਤਕਾਲ 'ਚ ਫੜਿਆ ਜਾਂਦਾ ਜਾਂ ਉਹਨੂੰ ਅਰੈਸਟ ਕਰ ਲਿਆ ਜਾਂਦਾ ਪੰਮਾ ਇੰਗਲੈਂਡ ਤੋਂ ਤਾਂ ਉਹਦੇ ਲਈ ਜਿਹੜੇ ਵਕੀਲ ਕੀਤੇ ਜਾਂਦੇ ਆ 1 ਲੱਖ ਪਾਉਂਡ ਦੇ ਕੀਤੇ ਜਾਂਦੇ ਆ 1 ਲੱਖ ਪਾਉਂਡ ਤੁਸੀਂ ਸਮਝ ਲਓ ਬਈ ਤਕਰੀਬਨ 1 ਕਰੋੜ ਦੇ ਰੁਪਏ ਇੱਥੇ ਜਿਹੜੇ ਆ ਉਹ ਇੱਕ ਇੱਕ ਬੰਦੇ ਲਈ ਤਾਂ 65-60 ਲੱਖ ਦੇ ਵਕੀਲ ਕੀਤੇ ਜਾ ਰਹੇ ਨੇ ਤੇ ਇੱਕ ਬੰਦਿਆਂ ਲਈ ਕੋਈ ਵਕੀਲ ਨਹੀਂ ਕੀਤਾ ਜਾ ਰਿਹਾ ਕੋਈ ਸਹੀ ਲੜਾਈ ਨਹੀਂ ਲੜੀ ਜਾ ਸਿਰਫ ਧਰਨੇ ਦੇ ਕੇ ਇਹ ਲੋਕਾਂ ਨੂੰ ਅਹਿਸਾਸ ਸੰਗਤ ਨੂੰ ਅੱਖਾਂ 'ਚ ਮਿੱਟੀ ਘੱਟਾ ਪਾਇਆ ਜਾ ਰਿਹਾ ਵੀ ਅਸੀਂ ਬਹੁਤ ਸਿਹਰਦਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਅਸੀਂ ਬੜੇ ਸੁਭਚਿੰਤਕ ਇਸ ਸਪਸ਼ਟ ਕਰੋ ਕਿ ਜੋ ਜਿਨ੍ਹਾਂ ਨੇ ਧਰਨਾ ਲਾਇਆ ਹੈ ਇੱਥੇ ਐਸੀ ਥਾਂ ਦੇ ਉੱਤੇ ਧਰਨਾ ਲਾਇਆ ਹੈ ਉਹਨਾਂ ਦਾ ਉਹ ਕੀ ਉਹਨਾਂ ਦਾ ਵਿਰੋਧ ਕੀ ਕਿਸ ਕਾਰਨ ਹੋ ਰਿਹਾ ਕਿ ਕੀ ਉਹਨਾਂ ਦੀ ਨੀਅਤ ਤੇ ਸ਼ੱਕ ਹੈ ਆਵਾਜ਼ ਤਾਂ ਬੁਲੰਦ ਕਰ ਰਹੇ ਨੇ ਨਾ ਆਵਾਜ਼ ਤਾਂ ਬੁਲੰਦ ਕਰਦੇ ਆ ਪਰ ਉਹਨਾਂ ਨੂੰ ਉਹ ਬੁਲੰਦ ਬੜੀ ਇਸ ਤਰ੍ਹਾਂ ਨਾ ਪਹਿਲਾਂ ਕਿੱਥੇ ਸੀ ਉਹ ਪਹਿਲਾਂ ਨਹੀਂ ਕੀਤਾ ਤੇ ਜੇ ਧਰਨਾ ਦੇਣਾ ਹੀ ਆ ਤੇ ਜਗਤਾਰ ਸਿੰਘ ਖਵਾਰਾ ਆਪਣੀ ਟੀਮ ਨੂੰ ਇਹ ਕਹਿੰਦਾ ਵੀ ਉਹਨਾਂ ਲਈ ਬਰਾਬਰ ਦੇ ਵਕੀਲ ਕੀਤੇ ਜਾਂਦੇ ਬਰਾਬਰ ਦੇ ਜੇ 65 ਲੱਖ ਲਈ ਕੇਟੀਐਸ ਤੁਲਸੀ ਕੀਤਾ ਜਾ ਸਕਦਾ ਹੈ ਭਾਈ ਹਵਾਰੇ ਲਈ ਤੇ ਬਾਕੀਆਂ ਲਈ ਕਿਉਂ ਨਹੀਂ ਇਹੀ ਇਹੋ ਟੀਮ ਹੈ ਤੇ ਜੇ ਭਾਈ ਜਗਤਾਰ ਸਿੰਘ ਹਵਾਰਾ ਇਹ ਆਪਣੀ ਟੀਮ ਲਈ ਨਹੀਂ ਕੋਈ ਇਹਨਾਂ ਨੂੰ ਕਹਿ ਸਕਦੇ ਵੀ ਇਹਨਾਂ ਲਈ ਵੀ ਬਰਾਬਰ ਦੇ ਵਕੀਲ ਕਰੋ ਤੇ ਸਰਕਾਰ ਨਾਲ ਕੋਰਟ ਚ ਲੜਾਈ ਲੜੀ ਜਾ ਸਕਦੇ ਸੜਕਾਂ ਤੇ ਵੀ ਤਾਂ ਲੜੀਓ ਜਾ ਰਹੀ ਹੈ ਸੜਕਾਂ ਤੇ ਤਾਂ ਲੜੀਓ ਜਾ ਰਹੀ ਹੈ ਤੇ ਕੋਰਟ ਕਿਉਂ ਨਹੀਂ ਜਾ ਰਹਾ ਕੋਰਟ ਚ ਕਿਉਂ ਨਹੀਂ ਲੜਾਈ ਆਪਾਂ ਦੇ ਰਹੇ ਫਾਇਟ ਕੇ ਕੱਲਾ ਕੱਲਾ ਭਾਈ ਹਵਾਰੇ ਦੀ 65 ਲੱਖ ਦਾ ਵਕੀਲ ਕੇਟੀਐਸ ਤੁਲਸੀ ਜਾਂ ਕੋਈ ਹੋਰ ਕੀਤੇ ਜਾ ਰਹੇ ਹੈ ਹੈਨਾ ਤੇ ਉਹ ਬਾਕੀਆਂ ਲਈ ਕਿਉਂ ਨਹੀਂ ਕੀਤਾ ਜਾਦਾ ਇਹਦਾ ਇਹਦਾ ਇਹ ਇੱਕ ਡਿਫਰੈਂਸ ਕਿਉਂ ਆ ਇਹ ਵਕ ਪਖਵਤ ਕਿਉਂ ਆ ਇਹ ਕੋਈ ਕੋਈ ਕੇਸ ਹੈ ਇਹ ਕੋਈ ਉਨਿਓਸ ਆ ਜਾ ਪਖਵਤ ਕਿਸ ਗੱਲ ਦਾ ਇੱਥੇ ਸਾਡੇ ਨਾਲ ਭਾਈ ਸਰਾ ਪਵਨਦੀਪ ਸਿੰਘ ਤੁਹਾਡਾ ਨਾਂਜੀ ਇਹ ਔਰ ਸਖਸ ਨੇ ਜੋ ਕਿ ਸੰਘਰਸ਼ ਕਮੇਟੀ ਜੋ ਕਾਫੀ ਸਾਲ ਪਹਿਲਾਂ ਬਣੀ ਸੀ ਜਿਸ ਨੇ ਤਿੰਨ ਸਿੰਘਾਂ ਦੀ ਰਿਹਾਈ ਕਰਾਉਣ ਚ ਸਫਲਤਾ ਹਾਸਲ ਕੀਤੀ ਸੀ ਇਹਨਾਂ ਨੂੰ ਪੁੱਛਦੇ ਹਾਂ ਕਿ ਜੋ ਇਹਨਾਂ ਦਾ ਸੰਘਰਸ਼ ਸੀਗਾ ਜਾਂ ਉਸ ਸੰਘਰਸ਼ ਕਮੇਟੀ ਦਾ ਜੋ ਤਰੀਕਾ ਸੀ ਉਹ ਕੀ ਸੀ ਤੇ ਇਹ ਹੁਣ ਸਥਿਤੀ ਕੀ ਹੈ ਜੋ ਹੁਣ ਸੰਘਰਸ਼ ਹੋ ਰਿਹਾ ਹੈ ਹਾਂਜੀ ਭਾਈ ਸਾਹਿਬ ਆਪਣੇ ਇਹ ਜਿਹੜੀ ਸਾਡੀ ਸੰਘਰਸ਼ ਕਮੇਟੀ ਸੀ ਉਹ ਬਾਪੂ ਸੂਰ ਸਿੰਘ ਖਾਲਸਾ ਸੰਘਰਸ਼ ਕਮੇਟੀ ਸੀ ਤੇ ਜਦੋਂ ਬਾਪੂ ਸੋਸ ਸਿੰਘ ਖਾਲਸਾ ਜੀ ਉਹਨਾਂ ਨੇ ਸੰਘਰਸ਼ ਸ਼ੁਰੂ ਕੀਤਾ ਤੇ ਉਦੋਂ ਅਸੀਂ ਸਰਕਾਰ ਨਾਲ ਗੱਲਬਾਤ ਸ਼ੁਰੂ ਕਰੀ ਸੀ ਪਹਿਲਾਂ ਕੋਈ ਸਾਡੇ ਹੋਰ ਕਮੇਟੀ ਮੈਂਬਰ ਸੀ ਉਹ ਸਰਕਾਰ ਨਾਲ ਗੱਲਬਾਤ ਕਰਦੇ ਸੀ ਪਰ ਉਹਨਾਂ ਦੇ ਸਰਬੱਤ ਖਾਲਸਾ ਚ ਜੇਲ੍ਹ ਜਾਣ ਤੋਂ ਬਾਅਦ ਫਿਰ ਸਰਕਾਰ ਨੇ ਸਾਡੇ ਨਾਲ ਗੱਲਬਾਤ ਕੀਤੀ ਮੇਰੇ ਨਾਲ ਤੇ ਭਾਈ ਜੰਗ ਸਿੰਘ ਜੀ ਉਹਨਾਂ ਦੇ ਨਾਲ ਤੇ ਇਸ ਦੌਰਾਨ ਅਸੀਂ ਤਿੰਨ ਸਿੰਘ ਪੱਕੇ ਤੌਰ ਤੇ ਰਿਹਾ ਕਰਾਏ ਸੀ ਭਾਈ ਬਰਿਆਮ ਸਿੰਘ ਯੂਪੀ ਜੇਲ੍ਹ ਤੋਂ ਭਾਈ ਹਰਦੀਪ ਸਿੰਘ ਤੇ ਬਾਜ ਸਿੰਘ ਇਹ ਅੰਮ੍ਰਿਤਸਰ ਜੇਲ੍ਹ ਤੋਂ ਪੱਕੇ ਤੌਰ ਤੇ ਰਿਹਾ ਹੋਏ ਸੀਗੇ ਤੇ ਇਸ ਤੋਂ ਬਾਅਦ ਸੰਘਰਸ਼ ਤਾਂ ਜਿਵੇਂ ਕਾਨੂੰਨੀ ਕਾਰਵਾਈ ਇਆਂ ਨੇ ਕੀਤੀ ਆ ਕਾਨੂੰਨੀ ਲੜਾਈ ਕੁਝ ਜਥੇਬੰਦੀਆਂ ਲੜ ਵੀ ਰਹੀਆਂ ਨੇ ਪਰ ਜਿਹੜੇ ਸਿਆਸੀ ਤੌਰ ਤੇ ਲੜਾਈ ਲੜੀ ਜਾ ਰਹੀ ਆ ਉਹ ਸਿਰਫ ਇੱਕ ਡਰਾਮੇਬਾਜੀ ਦੇ ਤੌਰ ਤੇ ਆ ਹਕੀਕਤ ਦੇ ਵਿੱਚ ਰਿਹਾਈਆਂ ਦੇ ਲਈ ਉਹ ਸੁਹਿਰਦ ਨਹੀਂ ਹੈ ਉਹ ਸਿਰਫ ਆਪਦੀ ਸਿਆਸਤ ਚਮਕਾ ਰਹੇ ਨੇ ਭਾਈ ਹਵਾਰਾ ਉਹ ਜੇਲ੍ਹ 'ਚ ਬੈਠੇ ਆ ਅਸੀਂ ਜਿਵੇਂ ਭਾਈ ਜੰਗ ਸਿੰਘ ਉਹਨਾਂ ਨੇ ਵੀ ਕਿਹਾ ਵੀ ਨਿੱਜੀ ਵਿਰੋਧ ਕੋਈ ਨਹੀਂ ਹੈ ਪਰ ਜਿਹੜਾ ਸਿਧਾਂਤਕ ਵਿਰੋਧ ਆ ਉਹ جاری ਆ ਜੇਲ੍ਹ ਦੇ ਸਿੰਘਾਂ ਵੱਲੋਂ ਜਿਹੜੇ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦਾ ਵਿਰੋਧ ਆ ਉਹ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਹੈਗੇ ਵੀ ਉਹ ਉਹਨਾਂ ਦੇ ਨਾਂ ਤੇ ਸਿਆਸਤ ਕੀਤੀ ਜਾਵੇ ਕਿਉਂਕਿ ਪੱਖਪਾਤ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਸਾਨੂੰ ਤਾਂ ਕਹਿੰਦੇ ਆ ਵੀ ਚੁੱਪ ਕਰ ਜਾਓ ਤੁਸੀਂ ਨਾ ਬੋਲੋ ਆਪਣੇ ਉਹਦੇ ਨਾਲ ਨੁਕਸਾਨ ਹੁੰਦਾ ਪਰ ਜਿਹੜੇ ਨੀਤੀ ਘੜੇ ਨੇ ਜਿਹੜੇ ਭਾਈ ਹਵਾਰਾ ਦੇ ਨੀਤੀ ਘੜੇ ਨੇ ਜਾਂ ਜਿਹੜੇ ਵੱਡੇ ਪੱਧਰ ਤੇ ਇਹ ਸੰਘਰਸ਼ ਵਿੱਢਦੇ ਨੇ ਉਹਨਾਂ ਨੇ ਅਜ ਤੱਕ ਕੀ ਪ੍ਰਾਪਤੀ ਕੀਤੀ ਆ ਬੰਦੀ ਸਿੰਘਾਂ ਦੀ ਕੋਈ ਇੱਕ ਵੀ ਬੰਦਾ ਇਹਨਾਂ ਨੇ ਰਿਹਾ ਕਰਾਇਆ ਹੋਵੇ ਤਾਂ ਇਹ ਦੱਸਣ ਵੀ ਭਾਈ ਅਸੀਂ ਸਰਕਾਰ ਨਾਲ ਗੱਲ ਕਰਕੇ ਦੇਖੋ ਜਿਹੜਾ ਸਾਡਾ ਇਹ ਹੈਗੇ ਨੇ ਸਿਆਸੀ ਕੈਦੀ ਇਹ ਆਮ ਕੈਦੀ ਨਹੀਂ ਹੈਗੇ ਤੇ ਇਹਨਾਂ ਦੀ ਜਿਹੜੀ ਰਿਹਾਈ ਆ ਉਹ ਸਰਕਾਰ ਨਾਲ ਗੱਲਬਾਤ ਕਰਕੇ ਹੀ ਹੋਣੀ ਆ ਧਰਨੇ ਦੇ ਕੇ ਤੁਸੀਂ ਵੀ ਇਸ ਤੋਂ ਚੰਗੀ ਤਰ੍ਹਾਂ ਜਾਣੂ ਹੋ ਵੀ ਧਰਨੇ ਨਾਲ ਬੰਦੀ ਸਿੰਘ ਨਹੀਂ ਬਾਹਰ ਆਉਣੇ ਇਹ ਤਾਂ ਸਿਰਫ ਇੱਕ ਦੱਸਣ ਵਾਸਤੇ ਆ ਵੀ ਹਾਂਜੀ ਜੀ ਅਸੀਂ ਤਾਂ ਜਿਵੇਂ ਇੱਕ ਟ੍ਰੈਡਮਿਲ ਮਸ਼ੀਨ ਆ ਜਿਮ ਦੇ ਵਿੱਚ ਬੰਦਾ ਭੱਜਦਾ ਬਹੁਤ ਆ ਪਰ ਖੜਾ ਉੱਤੇ ਦੀ ਉੱਤੇ ਆ ਪ੍ਰਾਪਤੀ ਕੋਈ ਨਹੀਂ ਪਹੁੰਚਦਾ ਕਿਤੇ ਨਹੀਂ ਇਹਨਾਂ ਦਾ ਵੀ ਹਾਲ ਉਹੀ ਆ ਮੈਂ ਇਕੱਲਾ ਇਹਨਾਂ ਦਾ ਨਹੀਂ ਕਹੂੰਗਾ ਜਿਹੜੇ ਹੋਰ ਵੀ ਜਥੇਬੰਦੀਆਂ ਲੱਗੀਆਂ ਹੋਈਆਂ ਜਿਹੜੇ ਦਾਵਾ ਕਰਦੀਆਂ ਵੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿਨ ਰਾਤ ਸੰਘਰਸ਼ ਕਰ ਰਹੇ ਹਾਂ ਉਹਨਾਂ ਨੇ ਪ੍ਰਾਪਤੀ ਕੋਈ ਨਹੀਂ ਕੀਤੀ ਉਹ ਸਿਰਫ ਸਿਆਸਤ ਕਰ ਰਹੇ ਨੇ ਇੱਕ ਬਹੁਤ ਵੱਡਾ ਸਵਾਲ ਹੈ ਕਿ ਜੋ ਸ਼ਾਇਦ ਪੂਰੀ ਸਿੱਖ ਸੰਗਤ ਜਿਹੜੀ ਦੇਖ ਰਹੀ ਹੋਏਗੀ ਉਹਦੇ ਵੀ ਜਿਹਨ ਚਾਹੁੰਦਾ ਹੈ ਜਦੋਂ ਸੀਬੀਆਈ ਬਿਆਨ ਸਿੰਘ ਹਤਿਆ ਕੇਸ ਦੀ ਜਾਂਚ ਕਰਦੀ ਹੈ ਤਾਂ ਸੀਬੀਆਈ ਫੜਦੀ ਹੈ ਹਵਾਰਾ ਨੂੰ ਜਗਤਾਰ ਸਿੰਘ ਤਾਰਾ ਨੂੰ ਲਖਵਿੰਦਰ ਸਿੰਘ ਤੇ ਪਰਮਜੀਤ ਸਿੰਘ ਪਿਹੋਰਾ ਤੇ ਦੂਜਾ ਬਲਵੰਤ ਸਿੰਘ ਰਾਜੋਆਣਾ ਜੋ ਕੇਂਦਰੀ ਜੇਲ ਪਟਿਆਲਾ ਬੰਦ ਨੇ ਤੇ ਸੀਬੀਆਈ ਕਹਿੰਦੀ ਹੈ ਇੱਕ ਕੇਸ ਨਾਲ ਜੁੜੇ ਹੋਏ ਮਲਜ਼ਮ ਨੇ ਸਾਰੇ ਉਹਨਾਂ ਦੇ ਖਿਲਾਫ ਅਦਾਲਤਾਂ 'ਚ ਵੀ ਇਹੀ ਕੇਸ ਚੱਲਦਾ ਇੱਕੋ ਹੀ ਕੇਸ ਚੱਲਦਾ ਹੈ ਜੇ ਜਗਤਾਰ ਸਿੰਘ ਤਾਰਾ ਨੂੰ ਬਾਅਦ ਚ ਫੜ ਕੇ ਲਿਆਂਦਾ ਗਿਆ ਤਾਂ ਬਾਅਦ ਚ ਉਸੇ ਕੇਸ ਦੇ ਤਹਿਤ ਸਜ਼ਾ ਸੁਣਾਈ ਗਈ ਹੈ ਦੁਬਾਰਾ ਖੋਲ ਕੇ ਕੇਸ ਨੂੰ ਇੱਥੇ ਹੀ ਅਦਾਲਤ ਲੱਗਦੀ ਰਹੀ ਅਸੀਂ ਆਉਂਦੇ ਰਹੇ ਹਾਂ ਪਰ ਇਹ ਆਪਸ ਜਦੋਂ ਇਹਨਾਂ ਨੇ ਚਾਹੇ ਵਾਰਦਾਤ ਕਹੋ ਚਾਹੇ ਇਹਨਾਂ ਦਾ ਉਹ ਇੱਕ ਜੋ ਕਾਰਜ ਸੀ ਜੋ ਉਹਨਾਂ ਨੇ ਨੇਪਰੇ ਚੜਾਇਆ ਸੀ ਬੈਂਸ ਸਿੰਘ ਹਤਿਆ ਕੇਸ ਸੀ ਜੋ ਜਦੋਂ ਇਹਨਾਂ ਨੇ ਉਹ ਰਲ ਕੇ ਸੀਬੀਆਈ ਸਰਕਾਰ ਤੱਕ ਮੰਦੀ ਹੈ ਕਿ ਇੱਕ ਕੇਸ ਦੇ ਬੰਦੇ ਨੇ ਆਪਸ ਹੀ ਇਹਨਾਂ ਦੇ ਵੱਖਰੇਵੇਂ ਕਿਉਂ ਨੇ ਫਿਰ ਦੇਖੋ ਬਲਵੰਤ ਸਿੰਘ ਰਾਜੋਵਾਨਾ ਇਹਨਾਂ ਸਾਰਿਆਂ ਦੇ ਖਿਲਾਫ ਨੇ ਇਹ ਹਵਾਰਾ ਦੇ ਖਿਲਾਫ ਨੇ ਚਲੋ ਹਵਾਰਾ ਵੱਲੋਂ ਤਾਂ ਅਜ ਤੱਕ ਕੋਈ ਆਇਆ ਨਹੀਂ ਕਿ ਉਹ ਕਿਸੇ ਦੇ ਖਿਲਾਫ ਨੇ ਜਾਂ ਨਹੀਂ ਪਰ ਇਹ ਜੋ ਬਾਕੀ ਦੇ ਜੋ ਇੱਥੇ ਬੰਦ ਸਿੰਘ ਨੇ ਬੜੈਲ ਜੇਲ੍ਹ ਦੇ ਵਾਲੇ ਹੋਣ ਭਾਵੇਂ ਰਾਜੋਵਾਨਾ ਹੋਣ ਇਹ ਸ਼ਰੇਆਮ ਜਿਹੜੇ ਨੇ ਲਗਾਤਾਰ ਹਵਾਰਾ ਦੀ ਵਿਰੋਧਤਾ ਜਾਂ ਇੱਕ ਦੂਜੇ ਦੀ ਵਿਰੋਧਤਾ ਕਰਦੇ ਨੇ ਉਹਦਾ ਕਾਰਨ ਇਹ ਹੈ ਵਿਰੋਧਤਾ ਇਹ ਵੰਦ ਨੇ ਅੰਦਰ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਪੱਖਵਾਤ ਪੱਖਵਾਤ ਜਦੋਂ ਕੀਤਾ ਜਾਊਗਾ ਇੱਕੋ ਕੇਸ 'ਚ ਬੰਦ ਨੇ ਬੰਦੇ ਇੱਕੋ ਕੇਸ 'ਚ ਬੰਦਨੇ ਤੇ 1 ਲੱਖ 1 ਬੰਦੇ ਲਈ 65-65 ਲੱਖ ਦੇ ਵਕੀਲ ਕਿਤੇ ਜਾਣ ਤੇ ਇੱਕ ਬੰਦੇ ਲਈ ਤੁਸੀਂ 2 2.5 ਲੱਖ ਰੁਪਏ ਦੇ ਵਕੀਲ ਨਹੀਂ ਕਰਦੇ ਇੱਕ ਬੰਦਾ ਸਰਕਾਰੀ ਵਕੀਲ ਤੇ ਖੜਾ ਤੇ ਤੁਸੀਂ ਕੀ ਆਲਦੇ ਉਹ ਆ ਜੇ ਬੰਦਾ ਮੈਂ ਦਾਵਾ ਕਰਦਾ ਵੀ ਮੈਂ ਇਹਨਾਂ ਦਾ ਕਮਾਂਡਰ ਹਾਂ ਮੈਂ ਜਥੇਦਾਰ ਹਾਂ ਤੇ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਸਿਰਫ ਮੇਰੀ ਕਾਗਜ਼ਾਂ ਤੱਕ ਜ਼ਿੰਮੇਵਾਰੀ ਹੈ ਮੈਂ ਮੌਣ ਵੀ ਰਹਿਣਾ ਮੈਂ ਆਲੇ-ਦਾਲੇ ਬੰਦਿਆਂ ਨੂੰ ਹੱਲਾਸ਼ੇਰੀ ਦਿਨਾ ਕਿ ਤੁਸੀਂ ਬੰਦਿਆਂ ਨੂੰ ਅਟੈਕ ਕਰੋ ਤੇ ਬੰਦਿਆਂ ਦਾ ਨਾਂ ਰੋਲੋ ਤੁਸੀਂ ਫੋਟੋਆਂ ਲਾਉਣ ਤੋਂ ਵੀ ਮਨਾ ਕਰਦੇ ਆ ਪੋਸਟਰ ਲਾਉਣ ਤੋਂ ਮਨਾ ਕੀਤੇ ਗਏ ਨੇ ਇੱਕ ਹੀ ਮੈਂ ਦੱਸਾਂ ਮੈਂ ਬਹੁਤ ਖੁਲਾਸੇ ਕਰ ਸਕਦਾ ਪਰ ਮੈਂ ਬਹੁਤ ਖੁਲਾਸੇ ਕਰ ਸਕਦਾ ਮੈਂ ਇਹ ਚਾਹੁੰਦਾ ਵੀ ਇਹ ਚੀਜ਼ ਨੂੰ ਪਾੜੇ ਨੂੰ ਕੱਟ ਕਰਨ ਮੇਰੀ ਪਰ ਉਹਦੇ ਲਈ ਉਹਨਾਂ ਦੇ ਭਾਈ ਜਗਤਾਰ ਸਿੰਘ ਹਵਾਰੇ ਦੇ ਜਿਹੜੇ ਟੀਮ ਹੈ ਜਿਹੜੀ ਯੂਕੇ ਬੈਠੀ ਵਿਦੇਸ਼ਾਂ ਚ ਬੈਠੀ ਹੈ ਉਹ ਬਿਲਕੁਲ ਉਹ ਉਸ ਪਾਸੇ ਨਹੀਂ ਜਾ ਰਹੇ ਉਹ ਕਿਹਦੇ ਹੱਥਾਂ ਚ ਕਿੜਦੇ ਉਹਨਾਂ ਇਹ ਦੱਸਣਾ ਵੀ ਇਹ ਜੇ ਇਹ ਟੀਮ ਨੇ ਸਾਰੇ ਮੰਨਦੇ ਆ ਸਾਰੇ ਅਸੀਂ ਕਹਿੰਦੇ ਇੱਕ ਹੁਣ ਇਹ ਵੀ ਕਹਿੰਦੇ ਨੇ ਇੱਕ ਹੁਣ ਬਸ ਅਸੀਂ ਬਰਬਲੀ ਕਹਿੰਦੇ ਆ ਪਰ ਜੇ ਕਾਰਜ ਕਰਨਾ ਹੋਣਾ ਤੁਸੀਂ ਇਕਲੇ ਹੀ ਤਾਂ 65-65 ਲੱਖ ਦੇ ਵਕੀਲ ਕਰ ਦੋ ਇਕਲੇ ਤੁਸੀਂ ਬਿਲਕੁਲ ਹੀ ਚਪਲਾ ਝਾੜ ਦੋ ਇਹ ਕੀ ਹੈ ਸਾਈਕਲ ਚੋਰ ਨੇ ਇਹ ਕਿਸ ਕੇਸ ਚੰਦਨ ਹੈ ਇਹਨਾਂ ਤੇ ਕੋਈ ਇਲزام ਨਹੀਂ ਤੇ ਫਿਰ ਉਹ ਪੱਖ ਬਾਤ ਇਹ ਨਹੀਂ ਕਰਦੇ ਜਾਂ ਇਹ ਵਿਰੋਧ ਨਹੀਂ ਕਰਨਗੇ ਤੇ ਹੋਰ ਕੀ ਕਰਨਗੇ ਸਿਰਫ ਆਪਣੀ ਆਵਾਜ਼ ਹੀ ਦੱਸਦੇ ਵੀ ਅਸੀਂ ਦੀ ਜਥੇਦਾਰ ਅਕਾਲ ਤਖਤ ਤੋਂ ਬਗੈਰ ਉਹ ਨਹੀਂ ਮੰਨਦੇ ਕਿਸੇ ਨੂੰ ਤਾਂ ਇਹਨਾਂ ਦਾ ਰਾਈਟ ਹੈ ਕਹਿਣ ਦਾ ਇਹ ਕੋਈ ਜ਼ਰੂਰੀ ਨਹੀਂ ਹੈ ਤੇ ਉਹ ਐਜ਼ ਆਪਣਾ ਸਾਥੀ ਹੈ ਜਰੂਰ ਕਹਿੰਦੇ ਨੇ ਵੀ ਜਗਤਾਰ ਸਿੰਘ ਹਵਾਰਾ ਸਾਡਾ ਸਾਥੀ ਆ ਟੀਮ ਦਾ ਅਸੀਂ ਉਹਦੇ ਸਤਿਕਾਰ ਉਹਨਾਂ ਕਰਦੇ ਆ ਆਪਣੀ ਟੀਮ ਦੇ ਪਰ ਜੇ ਕੌਨ ਜਥੇਦਾਰ ਤੌਰ ਤੇ ਅਸੀਂ ਇਹ ਸਾਨੂੰ ਇਹ ਮਨਜ਼ੂਰ ਨਹੀਂ ਤੇ ਇਹਨਾਂ ਦਾ ਫੈਸਲਾ ਸਾਡਾ ਨਹੀਂ ਅਸੀਂ ਅਕਾਲ ਤਖਤ ਸਾਹਿਬ ਨੂੰ ਉਹਨਾਂ ਜੋ ਉਹਨਾਂ ਨੇ ਕਿਹਾ ਤੁਹਾਨੂੰ ਦੱਸਤਾ ਵੀ ਉਹ ਨਹੀਂ ਮੰਨਦੇ ਉਹ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਉਹਨੂੰ ਮੰਨਦੇ ਨੇ ਤੇ ਕੌਮ ਦੇ ਨਾਲ